ਦੇਖ ਰਹੇ ਸਾਰੇ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈਗਾ, ਪੰਜਾਬ ਦੇ ਵਿੱਚ ਕੋਵਿਡ ਨੂੰ ਲੈ ਕੇ ਸਰਕਾਰ ਦੁਆਰਾ ਸਖ਼ਤ ਹੁੰਦੀ ਜਾ ਰਹੀ ਹੈ ਅਤੇ ਉਸ ਨੂੰ ਲੈ ਕੇ ਜਿਵੇਂ ਖਾਸ ਕਰਕੇ ਮੋਗੇ ਜ਼ਿਲ੍ਹੇ ਦੀ ਗੱਲ ਕਰਾਂਗੇ। ਅੱਜ ਸਾਡੇ ਨਾਲ DC ਸਾਹਿਬ ਜਿਹੜੇ ਮੋਗਾ ਜ਼ਿਲ੍ਹੇ ਦੇ ਸੰਦੀਪ ਹੰਸ ਜੀ ਆ ਕੇ ਵਿਸ਼ੇਸ਼ ਤੌਰ 'ਤੇ ਬਾਘਾ ਪੁਰਾਣਾ ਵਿੱਚ ਪਹੁੰਚੇ ਹੈਗੇ ਆ। ਉਹਨਾਂ ਤੋਂ ਪਹੁੰਚਣ ਦਾ ਕੀ ਕਰਨ ਰਿਹਾ ਉਹ ਵੀ ਪੁੱਛਾਂਗੇ ਅਤੇ ਖਾਸ ਕਰਕੇ ਜਿਹੜੀ ਕੋਵਿਡ ਨੂੰ ਲੈ ਕੇ ਆ ਅਗਲੀਆਂ ਕੀ ਹਦਾਇਤਾਂ ਹੈਗੀਆਂ ਉਹ ਵੀ ਗੱਲ ਕਰਾਂਗੇ। ਡੀ ਸਾਹਿਬ, ਤੁਸੀਂ ਬਾਘਾ ਪੁਰਾਣਾ ਪਹੁੰਚੇ ਹੈਗੇ ਆ, ਅੱਜ ਦਾ ਮੇਨ ਕਾਰਨ ਕੀ ਹੈ ਜੀ? ਅੱਜ ਦਾ ਬਾਘੇ ਪੁਰਾਣੇ ਦੀ ਜਿਹੜੀ ਵਿਜ਼ਿਟ ਹੈਗੀ ਆ, ਉਹ ਜਿਹੜੇ ਇੱਥੇ ਸਾਡੇ BDO ਆਫਿਸ, ਕਮੇਟੀ ਆਫਿਸ, SDM ਦਫ਼ਤਰ, ਤਹਿਸੀਲ, ਉਹਨਾਂ ਦੀ ਇੰਸਪੈਕਸ਼ਨ ਹੈ ਅਤੇ ਮੇਨ ਕਾਰਨ ਤਾਂ ਇਹ ਹੈ। ਅਤੇ ਜਿੱਥੇ ਤਾਈਂ ਕੋਵਿਡ ਦਾ ਸਵਾਲ ਹੈ, ਇਹ ਇੱਕ ਵਾਰੀ ਫੇਰ ਜਿਹੜੇ ਹੈ ਇਹ ਕੋਵਿਡ ਪੋਜ਼ਿਟਿਵ ਕੇਸਾਂ 'ਚ ਵਾਧਾ ਹੋ ਰਿਹਾ। ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ 'ਚ ਹੀ 36 ਕੇਸ ਹੋਰ ਜਿਹੜੇ ਹੈਗੇ ਉਹ ਪੋਜ਼ਿਟਿਵ ਆ ਗਏ ਨੇ ਅਤੇ ਹੁਣ ਤਾਂ ਹੀ ਕੁੱਲ ਐਕਟਿਵ ਕੇਸ 163 ਦੇ ਕਰੀਬ ਜਿਹੜੇ ਐਕਟਿਵ ਨੇ ਜਿਹੜੇ ਕੇਸ ਹੈਗੇ। ਸੋ ਇਹ ਆਪਾਂ ਦੇਖ ਰਹੇ ਹਾਂ ਕਿ ਜਦੋਂ ਇਹ ਕੋਵਿਡ ਦੀ ਸ਼ੁਰੂਆਤ ਹੋਈ ਸੀਗੀ ਉਸ ਵੇਲੇ ਕਰਫਿਊ ਔਰ ਲੋਕਡਾਊਨ ਲਗਾਇਆ ਗਿਆ ਸੀਗਾ ਔਰ ਲੋਕਾਂ ਨੂੰ ਕਾਫੀ ਇਸ ਬਾਰੇ ਐਜੂਕੇਟ ਕੀਤਾ ਗਿਆ ਸੀ, ਅਵੇਅਰ ਕੀਤਾ ਗਿਆ ਸੀਗਾ ਵੀ ਇਹ ਇੱਦਾਂ ਦੀ ਇਹ ਇੱਕ ਵਾਇਰਸ ਹੈ ਕਿ ਜਿਹੜਾ ਕੀ ਕਹਿੰਦੇ ਹੁੰਦੇ ਅਨਨੋਨ ਹੈ, ਅਨਪਛਾਤਿਆ ਹੈਗਾ, ਦਿਖਾਈ ਨਹੀਂ ਦਿੰਦਾ ਅਤੇ ਇਸ ਕਰਕੇ ਇਹਦੇ 'ਚ ਸਿਰਫ ਆਪਾਂ ਬਚਾਅ ਕਰ ਸਕਦੇ ਹੈਗੇ ਮਾਸਕ ਪਾ ਕੇ ਔਰ ਸੋਸ਼ਲ ਡਿਸਟੈਂਸਿੰਗ ਰੱਖ ਕੇ ਔਰ ਟਾਈਮ ਸਿਰ ਆਪਣੀ ਜਿਹੜੀ ਸੈਂਪਲਿੰਗ ਕਰਕੇ। ਤੋ ਹੁਣ ਵੈਕਸੀਨੇਸ਼ਨ ਵੀ ਆ ਗਈ ਹੈ, ਸੋ ਜਿਹੜੇ ਜੇ ਮੈਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਹੋਵੇ ਤਾਂ ਆਪਾਂ ਇਹਦੇ ਵਿੱਚ ਮਾਸਕ ਜਿਹੜਾ ਹੈਗਾ ਨਾ, ਜਿਹੜਾ ਲੋਕਾਂ ਨੇ ਹੁਣ ਪਾਉਣਾ ਛੱਡ ਦਿੱਤਾ ਸੀਗਾ, ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈਗਾ ਅਤੇ ਥੋੜ੍ਹਾ ਜਿਹਾ ਗੈਦਰਿੰਗ ਤੋਂ ਪਰੇ ਰਹਿਣਾ ਚਾਹੀਦਾ ਹੈਗਾ, ਸੋਸ਼ਲ ਡਿਸਟੈਂਸਿੰਗ ਰਹਿਣੀ ਚਾਹੀਦੀ ਹੈ ਅਤੇ ਮਹੀਨੇ 'ਚ ਘੱਟੋ ਘੱਟ ਇੱਕ ਵਾਰੀ ਆਪਣਾ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਉਹਦੇ ਨਾਲ ਇਹ ਫਾਇਦਾ ਹੈ ਆਪਾਂ ਨੂੰ ਆਪਦਾ ਸਟੇਟਸ ਪਤਾ ਚੱਲ ਜਾਂਦਾ ਹੈਗਾ ਔਰ ਜੇਕਰ ਆਪਣੇ ਘਰ ਦੇ ਵਿੱਚ ਕੋਈ ਇਹੋ ਜਿਹਾ ਕੋਈ ਬਜ਼ੁਰਗ ਹੈ ਜਿਨ੍ਹਾਂ ਨੂੰ ਹੋਰ ਪ੍ਰੋਬਲਮਸ ਹੈਗੀਆਂ, ਹੋਰ ਕਰੋਨਿਕ ਪ੍ਰੋਬਲਮਸ ਹੈਗੀਆਂ, ਤਾਂ ਐਟਲੀਸਟ ਆਪਾਂ ਉਹਨਾਂ ਦਾ ਬਚਾਅ ਕਰ ਸਕੀਏ, ਹੋਰ ਬੱਚਿਆਂ ਦਾ ਵੀ ਆਪਾਂ ਬਚਾਅ ਕਰ ਸਕੀਏ। ਸਰ, ਜਿਹੜੇ ਜਿਵੇਂ ਵੱਡੇ ਇਕੱਠ ਹੋ ਰਹੇ ਆ, ਰੈਲੀਆਂ ਹੋ ਰਹੀਆਂ, ਇਹਨਾਂ ਲਈ ਕੀ ਤੁਸੀਂ ਇੰਸਟਰਕਸ਼ਨ ਲਗਾ? ਦੇਖੋ, ਇੰਸਟਰਕਸ਼ਨਸ ਤਾਂ ਉਹਨਾਂ ਲਈ ਵੀ ਉਹ ਨੇ, ਇਕੱਠ ਹੋ ਜਾਂਦੇ ਹੈਗੇ, ਕਈ ਵਾਰੀ ਧਾਰਮਿਕ ਇਕੱਠ ਵੀ ਹੋ ਜਾਂਦੇ ਹੈਗੇ, ਹੋਰ ਤਰ੍ਹਾਂ ਦੀਆਂ ਸੋਸ਼ਲ ਗੈਦਰਿੰਗ ਵੀ ਹੋ ਜਾਂਦੀਆਂ, ਪੋਲੀਟੀਕਲ ਵੀ ਹੋ ਜਾਂਦੀਆਂ ਹੈ, ਲੇਕਿਨ ਇਹ ਲੋੜ ਹੈ ਹੁਣ ਕਿਉਂਕਿ ਕੇਸ ਫਿਰ ਵਧਣ ਲੱਗ ਪਏ ਹੈ ਆਪਣੇ ਆਪ 'ਤੇ ਇੱਕ ਚੈੱਕ ਰੱਖਣ ਦੀ। ਸਰਕਾਰ ਨੇ ਪਿੱਛੇ ਜੇ ਜਦੋਂ ਕਰਫਿਊ ਔਰ ਲੋਕਡਾਊਨ ਲਗਾਇਆ ਸੀਗਾ, ਠੀਕ ਹੈ ਉਸ ਵੇਲੇ ਆਪਾਂ ਬਿਮਾਰੀ ਤੋਂ ਬਚਾ ਲਿਆ ਸੀਗਾ ਸਾਰਿਆਂ ਨੂੰ, ਲੇਕਿਨ ਉਹਦਾ ਆਪਣੀ ਇਕੋਨਮੀ 'ਤੇ ਬਹੁਤ ਮਾੜਾ ਅਸਰ ਪਿਆ ਸੀਗਾ। ਹੁਣ ਇਹ ਜੇ ਆਪਾਂ ਇਕੋਨਮੀ ਦੀ ਗੱਲ ਕਰੀਏ, ਇਕੋਨਮੀ ਵਾਪਸ ਹੁਣ ਫਿਰ ਹੌਲੀ ਹੌਲੀ ਜਿਹੜੀ ਹੈ ਗੱਡੀ ਜਿਹੜੀ ਹੈ ਪਟੜੀ 'ਤੇ ਆ ਗਈ ਹੈਗੀ, ਲੇਕਿਨ ਹੁਣ ਜੋ ਸਿਖਾਉਣਾ ਸੀਗਾ, ਜੋ ਦੱਸਣਾ ਸੀ ਲੋਕਾਂ ਨੂੰ, ਉਹ ਦੱਸ ਦਿੱਤਾ ਹੈਗਾ, ਉਹ ਸਿਖਾ ਦਿੱਤਾ ਹੈਗਾ। ਹੁਣ ਆਪਾਂ ਹੋਰ ਬਾਕੀ ਐਕਟੀਵਿਟੀ ਜਿਹੜੀਆਂ ਹੈ ਆਪਣੇ ਆਪ 'ਤੇ ਇੱਕ ਚੈੱਕ ਰੱਖਣਾ ਜਿਹੜਾ ਉਹ ਬੜਾ ਜ਼ਰੂਰੀ ਹੈਗਾ, ਉਹ ਹੁਣ ਲੋਕਾਂ ਨੂੰ ਸਮਝ ਜਾਣਾ ਚਾਹੀਦਾ। ਹੁਣ ਵਾਰ ਵਾਰ ਆਪਾਂ ਜੇ ਕਰਫਿਊ ਔਰ ਲੋਕਡਾਊਨ ਲਗਾਵਾਂਗੇ ਉਹਦਾ ਇਹਦੇ ਨਾਲ ਆਪਾਂ ਜੇ ਕਰਫਿਊ ਜੇ ਇੱਕ ਇਹਦੇ ਨਾਲ ਕੋਵਿਡ ਨਾਲ ਨਹੀਂ ਡੈਥ ਹੋਏਗੀ ਤਾਂ ਇਕਨੋਮਿਕ ਡੈਥ ਹੋ ਜਾਊਗੀ। ਜਿਹੜੀ ਵੈਕਸੀਨ ਲੈ ਕੇ ਲੋਕ ਹਜੇ ਝਿਜਕ ਮਹਿਸੂਸ ਕਰ ਰਹੇ ਹੈਗੇ ਆ, ਉਹਨਾਂ ਲਈ ਤੁਹਾਡਾ ਕੀ ਸੁਨੇਹਾ? ਬਿਲਕੁਲ ਝਿਜਕ ਮਹਿਸੂਸ ਕਰਨ ਦੀ ਲੋੜ ਨਹੀਂ ਹੈਗੀ ਜੀ, ਬੜੀ ਸੇਫ ਔਰ ਬੜੀ ਟਰਾਇਡ ਔਰ ਟੈਸਟਿਡ ਹੈਗੀ, ਇਹਦੇ 'ਤੇ ਬੜੇ ਟਰਾਇਲਸ ਹੋ ਚੁੱਕੇ ਹੈਗੇ ਔਰ ਜਿਹੜੀ ਇਹ ਕੋਵਿਸ਼ੀਲਡ ਵੈਕਸੀਨ ਜਿਹੜੀ ਆਪਣੇ ਜ਼ਿਲ੍ਹੇ 'ਚ ਲੱਗ ਰਹੀ ਹੈਗੀ, ਮੈਂ ਲਵਾਈ ਹੈਗੀ ਹੈ, 2 ਡੋਜ਼ਸ ਲੱਗ ਚੁੱਕੀਆਂ ਹੈਗੀਆਂ, ਸੋ ਬਿਲਕੁਲ ਠੀਕ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਵਿੱਚ 2 ਤਰ੍ਹਾਂ ਦੇ ਹੁੰਦੇ ਹੈ ਖਦਸ਼ੇ ਕਿ ਇੱਕ ਤਾਂ ਲੋਕ ਕਹਿੰਦੇ ਜੀ ਬੁਖਾਰ ਹੋ ਜੂਗਾ,
ਉਹ ਥੋੜ੍ਹਾ ਜਿਹਾ ਉਹ ਬੁਖਾਰ ਹੁੰਦਾ ਹੈਗਾ, ਮੈਨੂੰ ਤਾਂ ਬਿਲਕੁਲ ਵੀ ਨਹੀਂ ਹੋਇਆ। ਸੋ ਉਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈਗਾ, ਜੇ ਥੋੜ੍ਹਾ ਬਹੁਤ ਹੋ ਜਾਂਦਾ ਹੈਗਾ ਤਾਂ ਉਹ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਦੂਸਰਾ ਇਹ ਹੈ ਜੀ, ਕਹਿੰਦੇ ਜੀ ਕਈਆਂ ਨੂੰ ਵੈਕਸੀਨੇਸ਼ਨ ਲਗਵਾ ਕੇ ਉਸ ਤੋਂ ਬਾਅਦ ਫਿਰ ਦੁਬਾਰਾ ਪੋਜ਼ਿਟਿਵ ਆ ਗਏ। ਸੋ ਇੱਦਾਂ ਦੇ ਕੇਸਿਸ ਵੀ ਹੈਗੇ, ਲੇਕਿਨ ਉਸ ਸੂਰਤ ਵਿੱਚ ਜਿਹੜੇ ਆਪਣੇ ਡਾਕਟਰਸ ਨੇ, ਆਪਣੇ ਮਾਹਰ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਜੇ ਪੋਜ਼ਿਟਿਵ ਆ ਵੀ ਜਾਂਦੇ ਹੋ ਤਾਂ ਤੁਹਾਡੇ ਸਿੰਪਟਮਸ ਜਿਹੜੇ ਹੁੰਦੇ, ਉਹ ਲੱਛਣ ਜਿਹੜੇ ਹੁੰਦੇ, ਉਹ ਬੜੇ ਮਾਈਲਡ ਹੁੰਦੇ ਹੈਗੇ। ਮਤਲਬ ਉਹ ਹੁਣ ਵੈਕਸੀਨੇਸ਼ਨ ਲੱਗਣ ਤੋਂ ਬਾਅਦ, ਮਤਲਬ ਜੇ ਕੋਵਿਡ ਹੋ ਵੀ ਜਾਂਦਾ, ਜਾਨਲੇਵਾ ਨਹੀਂ ਹੋਊਗਾ। ਜਿਹੜੇ ਵੈਕਸੀਨ ਦਾ ਕੋਈ ਉਮਰ ਤਕਾਜ਼ਾ ਵੀ ਹੈਗਾ ਜਾਂ ਕੋਈ ਵੀ ਲਵਾ ਸਕਦਾ? ਇਹਦਾ ਜਿਹੜਾ ਹੈ ਹਜੇ ਤੱਕ ਉਮਰ ਤਕਾਜ਼ਾ ਹੈਗਾ, ਜਿਹੜੇ ਲੋਕ ਜਿਨ੍ਹਾਂ ਨੂੰ ਆਪਾਂ ਫਰੰਟਲਾਈਨ ਵਰਕਰ ਕਹਿੰਦੇ, ਜਿਹੜੇ ਉਸ ਦੌਰਾਨ ਜਿਹੜਾ ਨੇ ਮੂਹਰੇ ਲੱਗ ਕੇ ਪਬਲਿਕ ਡੀਲਿੰਗ ਵੀ ਹੈ, ਇਨਫੋਰਸਮੈਂਟ ਜਿਵੇਂ ਪੁਲਿਸ ਦਾ ਕੰਮ ਹੈਗਾ, ਜਾਂ ਜਿਵੇਂ ਸਾਡੇ ਦਫ਼ਤਰਾਂ ਵਿੱਚ, ਤਹਿਸੀਲਾਂ ਵਿੱਚ, ਹੋਰ ਇਹ ਇਹਨਾਂ ਨੂੰ ਫਰੰਟਲਾਈਨ ਵਰਕਰ ਮੰਨਦੇ ਹੋਏ ਇਹ ਸਾਰੇ ਕਵਰ ਕੀਤੇ ਗਏ ਹੈਗੇ। ਔਰ ਜਿਹੜੇ ਹੈਲਥ ਕੇਅਰ ਵਰਕਰ ਹੈ, ਹੈਲਥ ਡਿਪਾਰਟਮੈਂਟ ਨਾਲ ਸਿੱਧੇ ਤੌਰ 'ਤੇ ਜਿਨ੍ਹਾਂ ਦਾ ਮਰੀਜ਼ਾਂ ਨਾਲ ਹੋਰ ਪਬਲਿਕ ਡੀਲਿੰਗ ਹੈਗੀ ਹੈ, ਉਹ ਵੀ ਕਵਰ ਕੀਤੇ ਗਏ ਹੈਗੇ। 45 ਤੋਂ ਲੈ ਕੇ 59 ਸਾਲ ਤੱਕ ਦੇ ਜਿਹੜੇ ਵਿਅਕਤੀ ਨੇ, ਔਰ ਜਿਨ੍ਹਾਂ ਨੂੰ ਕੋਮੋਰਬਿਡਿਟੀਜ਼ ਹੈਗੀਆਂ, ਕਿਸੇ ਨੂੰ ਕਰੋਨਿਕ ਪ੍ਰੋਬਲਮ ਹੈ, ਕਿਸੇ ਨੂੰ ਅਸਥਮਾ ਹੈ, ਕਿਸੇ ਨੂੰ ਤੁਹਾਡਾ ਸ਼ੂਗਰ ਦੀ ਪ੍ਰੋਬਲਮ ਹੈ, ਉਹ ਵੀ ਕਵਰ ਕੀਤੇ ਗਏ ਹੈ। ਅਤੇ 60 ਸਾਲ ਐਂਡ ਅਬਵ ਸਾਰੇ ਕਵਰ ਨੇ। ਇਹ ਆਉਣ ਵਾਲੇ ਸਮੇਂ 'ਚ ਆਮ ਪਬਲਿਕ ਲਈ ਵੀ ਖੋਲ੍ਹ ਦਿੱਤਾ ਜਾਊ? ਇਹ ਆਉਣ ਵਾਲੇ ਸਮੇਂ 'ਚ ਬੜੀ ਛੇਤੀ ਇਹ ਜਿਹੜਾ ਹੈ ਆਮ ਪਬਲਿਕ ਲਈ ਵੀ ਖੋਲ੍ਹ ਦਿੱਤਾ ਜਾਏਗਾ। ਇਨਫੈਕਟ ਜੇ ਮੈਂ ਜਰਨਲਿਸਟ ਦੀ ਗੱਲ ਕਰਾਂ, ਇਹ ਹਰ ਵਾਰੀ ਹਰ ਫੋਰਮ 'ਤੇ ਗੱਲ ਹੁੰਦੀ ਹੈ, ਮਨ ਲੱਗਦਾ ਛੇਤੀ ਹੀ, ਕਿਉਂਕਿ ਜਰਨਲਿਸਟ ਜਿਹੜੇ ਹੈਗੇ ਆ ਉਹਨਾਂ ਦਾ ਵੀ ਪਬਲਿਕ ਨਾਲ ਸਿੱਧਾ ਸਿੱਧਾ ਤਾਲਮੇਲ ਹੁੰਦਾ ਹੈਗਾ, ਔਰ ਕਈ ਵਾਰੀ ਭਾਰੀ ਇਕੱਠ 'ਚ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ, ਲੋਕਾਂ ਦੇ ਰੂਬਰੂ ਹੋਣਾ ਪੈਂਦਾ ਹੈ। ਸੋ ਇਹ ਗੱਲ ਵੀ ਉੱਤੇ ਤਾਈਂ ਪਹੁੰਚ ਗਈ ਹੈਗੀ। ਇੱਦਾਂ ਹੀ ਜਿਹੜੇ ਬੈਂਕਾਂ ਦੇ ਵਿੱਚ ਮੁਲਾਜ਼ਮ ਹੈਗੇ ਨੇ, ਕਿਉਂਕਿ ਉਹ ਕਰੰਸੀ ਨਾਲ ਡੀਲ ਕਰਦੇ ਹੈਗੇ, ਉਹ ਕਰੰਸੀ ਤਰ੍ਹਾਂ ਤਰ੍ਹਾਂ ਦੇ ਮਤਲਬ ਹੱਥਾਂ 'ਚੋਂ ਕੰਟੈਕਟ ਹੋ ਕੇ ਆਉਂਦੀ ਹੈਗੀ, ਸੋ ਉਹਨਾਂ ਨੂੰ ਵੀ ਹੁਣ ਇੱਕ ਤਰ੍ਹਾਂ ਦਾ ਫਰੰਟਲਾਈਨ ਵਰਕਰ ਮੰਨ ਕੇ ਉਹਨਾਂ ਨੂੰ ਵੀ ਛੇਤੀ ਜਿਹੜਾ ਹੈਗਾ ਬੈਂਕਸ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਨੈਸ਼ਨਲਾਈਜ਼ ਬੈਂਕ ਦੇ ਜਿਹੜੇ ਪਹਿਲਾਂ। ਇਹ ਸਨ DC ਮੋਗਾ, ਹਾਂ ਸੰਦੀਪ ਹਾਲ ਜੀ, ਜੋ ਵੀ ਕੋਵਿਡ ਦੇ ਸੰਬੰਧ ਜੋ ਵੀ ਇਹਨਾਂ ਦੀਆਂ ਇੰਸਟਰਕਸ਼ਨਾਂ ਹੈਗੀਆਂ ਆਉਣ, ਜਾਂ ਵੈਕਸੀਨ ਲਾਉਣ ਨੂੰ ਸੰਬੰਧਿਤ, ਉਹ ਸਾਰਾ ਕੁਛ ਇਹਨਾਂ ਵਿਸਤਾਰ ਦੇ ਵਿੱਚ ਦੱਸ ਦਿੱਤਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਲੋਕਾਂ ਲਈ ਵੀ ਬਹੁਤ ਜਲਦੀ ਜਿਹੜੀ ਇਹ ਵੈਕਸੀਨ ਆ ਜਿਹੜੀ ਲਾਈ ਜਾਵੇਗੀ। ਕੈਮਰਾਮੈਨ ਮੈਂ ਕੋਸ਼ਨ ਔਰਗੇ ਦੇ ਨਾਲ, ਮੈਂ ਤਰਲੋਚਨ ਸਿੰਘ ਬਰਾੜ।